ਪੰਜਾਬੀ ਖਬਰਨਾਮਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀਆਂ ਵੱਡੀਆਂ ਖਬਰਾਂ। ਪੰਜਾਬ, ਹਰਿਆਣਾ, ਦਿੱਲੀ, NCR ਵਿੱਚ 3 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ। ਭਾਨਾ ਸਿੱਧੂ ਵਿਰੁੱਧ ਇੱਕ ਹੋਰ ਮਾਮਲਾ ਦਰਜ। ਮੋਹਾਲੀ ਵਿੱਚ ਦਰਜ ਹੋਈ ਨਵੀਂ FIR। ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਕਣਕ ਆਟੇ ਦੀ ਹੋਮ ਡਿਲੀਵਰੀ ਬਾਰੇ ਵੱਡੀ ਅਪਡੇਟ। ਨਸ਼ਾ ਤਸਕਰੀ ਮਾਮਲੇ ਵਿੱਚ ਬਿਕਰਮ ਮਜੀਠੀਆ ਦੇ ਕਰੀਬੀਆਂ ਨੂੰ ਨੋਟਿਸ। 2 ਫਰਵਰੀ ਨੂੰ ਕੀਤਾ ਤਲਬ, ਜਾਣੋ ਕੌਣ ਕੌਣ ਸ਼ਾਮਲ। ਭਾਨਾ ਸਿੱਧੂ ਦੇ ਹੱਕ ਵਿੱਚ ਬੋਲੇ ਸੁਖਪਾਲ ਖਹਿਰਾ, ਕਹੀਆਂ ਵੱਡੀਆਂ ਗੱਲਾਂ। ਹੁਣ ਖਬਰਾਂ ਵਿਸਤਾਰ ਦੇ ਨਾਲ। ਭਾਰਤ ਮੌਸਮ ਵਿਗਿਆਨ ਵਿਭਾਗ ਨੇ ਸੀਤ ਲਹਿਰ ਦੀ ਸਥਿਤੀ ਵਿਚਾਲੇ ਆਉਣ ਵਾਲੇ ਦਿਨਾਂ ਵਿੱਚ ਮੀਂਹ ਦੀ ਭਵਿੱਖਬਾਣੀ ਕਰਦੇ ਹੋਏ ਉੱਤਰ ਭਾਰਤ ਦੇ ਕੁਝ ਸੂਬਿਆਂ ਵਿੱਚ ਉੱਤਰ ਭਾਰਤ ਦੇ ਕਈ ਸੂਬਿਆਂ ਲਈ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਮੈਦਾਨੀ ਇਲਾਕਿਆਂ ਵਿੱਚ ਦੂਜੀ ਪੱਛਮੀ ਗੜਬੜੀ ਹੋਣ ਨਾਲ ਦਿੱਲੀ ਵਿੱਚ 31 ਜਨਵਰੀ ਅਤੇ ਫਿਰ ਫਰਵਰੀ ਨੂੰ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ 29 ਜਨਵਰੀ ਤੋਂ 3 ਫਰਵਰੀ ਵਿਚਾਲੇ ਪੱਛਮੀ ਹਿਮਾਲਿਆ ਖੇਤਰ ਵਿੱਚ ਮੀਂਹ ਦਾ ਦੌਰ ਬਣਨ ਦੀ ਸੰਭਾਵਨਾ ਹੈ, ਜਿਸ ਨਾਲ 30 ਅਤੇ 31 ਜਨਵਰੀ ਨੂੰ ਉੱਤਰ ਭਾਰਤ ਦੇ ਕੁਝ ਹਿੱਸਿਆਂ ਵਿੱਚ ਮੀਂਹ ਪਵੇਗਾ। ਭਾਨਾ ਸਿੱਧੂ ਵਿਰੁੱਧ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਭਾਨਾ ਸਿੱਧੂ ਅਤੇ ਅਮਨ ਸਿੱਧੂ ਦੇ ਵਿਰੁੱਧ ਮੋਹਾਲੀ ਥਾਣੇ ਦੇ ਫੇਸ 1 ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਇਸਦੇ ਚੱਲਦੇ ਉਸਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਭਾਨਾ ਸਿੱਧੂ ਨੂੰ 2 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ। ਦੱਸਿਆ ਜਾ ਰਿਹਾ ਹੈ ਕਿ ਫੇਸ 5 ਦੀ ਇੱਕ ਇਮੀਗ੍ਰੇਸ਼ਨ ਮਾਲਕ ਦੀ ਸ਼ਿਕਾਇਤ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। 3 ਦਿਨਾਂ ਪਹਿਲਾਂ ਪਟਿਆਲਾ ਸਦਰ ਪੁਲਿਸ ਕੋਲ ਰਿਮਾਂਡ 'ਤੇ ਚੱਲ ਰਹੇ ਭਾਨਾ ਸਿੱਧੂ ਨੂੰ ਕੱਲ੍ਹ ਸਵੇਰੇ ਪਟਿਆਲਾ ਦੀ ਮਾਨਯੋਗ ਅਦਾਲਤ ਨੇ ਨਿਆਇਕ ਹਿਰਾਸਤ ਪਟਿਆਲਾ ਜੇਲ੍ਹ ਵਿੱਚ ਭੇਜਣ ਦੇ ਹੁਕਮ ਸੁਣਾ ਦਿੱਤੇ ਸਨ। ਪੰਜਾਬੀਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਪੰਜਾਬ ਵਿੱਚ ਅਗਲੇ ਮਹੀਨੇ ਕਣਕ ਆਟੇ ਦੀ ਹੋਮ ਡਿਲੀਵਰੀ ਸ਼ੁਰੂ ਹੋ ਸਕਦੀ ਹੈ। ਇਸ ਨੂੰ ਸਰਕਾਰ ਬਸੰਤ ਪੰਚਮੀ ਤੋਂ ਸ਼ੁਰੂ ਕਰਨ ਦੀ ਵਿਉਂਤ ਬਣਾ ਰਹੀ ਹੈ। ਸੂਤਰਾਂ ਮੁਤਾਬਕ ਮੁੱਢਲੇ ਪੜਾਅ ਵਿੱਚ ਹੋਮ ਡਿਲੀਵਰੀ ਨੂੰ ਸੀਮਿਤ ਰੱਖਿਆ ਜਾਵੇਗਾ ਅਤੇ ਦੂਸਰੇ ਪੜਾਅ ਵਿੱਚ ਵਿਸਥਾਰ ਦਿੱਤਾ ਜਾਵੇਗਾ। ਮੌਜੂਦਾ ਸਰਕਾਰ ਦੇ ਮਾਰਚ ਵਿੱਚ 2 ਸਾਲ ਪੂਰੇ ਹੋ ਰਹੇ ਹਨ ਅਤੇ ਅੱਧ ਫਰਵਰੀ ਤੋਂ ਸਰਕਾਰ ਹੋਮ ਡਿਲੀਵਰੀ ਸ਼ੁਰੂ ਕਰ ਸਕਦੀ ਹੈ। ਕਰੋੜਾਂ ਰੁਪਏ ਦੇ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੇ ਕਰੀਬੀ 4 ਵਿਅਕਤੀਆਂ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਇਹਨਾਂ ਵਿੱਚ ਉਹਨਾਂ ਲੋਕਾਂ ਦੇ ਨਾਮ ਵੀ ਸ਼ਾਮਲ ਹਨ ਜੋ ਬਿਕਰਮ ਮਜੀਠੀਆ ਦੇ ਸਾਬਕਾ PA ਅਤੇ OSD ਸਨ। ਮਜੀਠੀਆ ਮਾਮਲੇ ਵਿੱਚ ਪੁਲਿਸ ਵੱਲੋਂ ਨਵੀਂ SIT ਦਾ ਗਠਨ ਕੀਤਾ ਗਿਆ ਹੈ। ਹੁਣ SIT ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ DIG HS ਭੁੱਲਰ ਨੂੰ ਦਿੱਤੀ ਗਈ ਹੈ। ADGP ਸੁਖਵਿੰਦਰ ਸਿੰਘ ਛੀਨਾ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਸਰਕਾਰ ਨੇ SIT ਦਾ ਪੁਨਰ ਗਠਨ ਕੀਤਾ ਸੀ। ਇਸ ਤੋਂ ਇਲਾਵਾ ਮਜੀਠੀਆ ਨੂੰ 15 ਜਨਵਰੀ ਨੂੰ ਬੁਲਾਇਆ ਗਿਆ ਸੀ। SIT ਨੇ ਉਹਨਾਂ ਤੋਂ 7 ਘੰਟੇ ਤੱਕ ਸਵਾਲ ਪੁੱਛੇ ਸਨ। ਹਾਲਾਂਕਿ ਬਿਕਰਮ ਮਜੀਠੀਆ ਇਸ ਮਾਮਲੇ ਵਿੱਚ ਜ਼ਮਾਨਤ ਤੇ ਬਾਹਰ ਹਨ। ਉਹਨਾਂ ਦਾ ਸਪਸ਼ਟ ਕਹਿਣਾ ਹੈ ਕਿ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਜਿਹੜੀ ਪਾਰਟੀ ਇੱਕ ਬਹੁਤ ਵੱਡੇ ਅਸੂਲਾਂ ਦੀ ਰਾਜਨੀਤੀ ਦੀ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਆਈ, ਸੱਤਾ ਦਿੱਤੀ, ਲੋਕਾਂ ਨੇ ਯਕੀਨ ਕਰਤਾ ਵੀ ਅੱਛਾ ਬਦਲਾਵ ਲੈ ਕੇ ਆਉਣਗੇ। 92 MLA ਜਿਤਾ ਤੇ ਲੈਂਡਸਲਾਈਡ ਵਿਕਟਰੀ ਦਿੱਤੀ। ਸੋ ਮੈਂ ਬਾਕੀ ਗੱਲਾਂ ਤਾਂ ਹਾਲੇ ਬਾਅਦ 'ਚ ਕਰ ਲੈਣਾ, ਲੰਬੀਆਂ ਗੱਲਾਂ ਸ਼ਾਇਦ ਨਹੀਂ ਕਰਦਾ, ਪਰ ਕੀ ਆਪਣੇ ਪੋਲੀਟੀਕਲ ਅਪੋਨੈਂਟਸ ਨੂੰ ਜਾਂ ਐਕਟਿਵਿਸਟ ਨੇ, ਚਾਹੇ ਉਹ ਭਾਨਾ ਸਿੱਧੂ ਆ, ਚਾਹੇ ਉਹ ਲੱਖਾ ਸਿਧਾਣਾ ਹੈ, ਚਲੋ, ਜਾਂ ਪੋਲੀਟੀਕਲ ਅਪੋਨੈਂਟਸ ਨੇ, ਕੀ ਭਗਵੰਤ ਮਾਨ ਦਾ ਹੁਣ ਇੱਕ ਹੀ ਏਜੰਡਾ ਰਹਿ ਗਿਆ ਪੰਜਾਬ ਦੇ ਵਿੱਚ? ਨਿੱਤ ਦਿਨ ਆਪਣੇ ਸਿਆਸੀ ਵਿਰੋਧੀਆਂ 'ਤੇ ਪਰਚੇ ਕਰਨੇ, ਫਿਰ ਅਗਰ ਇੱਕ ਪਰਚੇ ਵਿੱਚ ਬੇਲ ਮਿਲਦੀ ਆ ਫਿਰ ਦੂਜਾ ਪਰਚਾ ਕਰਨਾ, ਜੇ ਉਹਦੇ 'ਚ ਬੇਲ ਮਿਲ ਜਾਂਦੀ ਫਿਰ ਤੀਜਾ ਪਰਚਾ ਕਰ ਦੇਣਾ, ਐਂਡ ਆਲ ਦੀਸ ਕੇਸਿਸ ਆਰ ਫ੍ਰਿਵਲਸ। ਚਲੋ ਮੈਂ ਆਪਣੀ ਗੱਲ ਤਾਂ ਅੱਜ ਨਹੀਂ ਕਰਦਾ, ਲੇਕਿਨ ਭਾਨੇ ਸਿੱਧੂ ਦੇ ਇੱਕ ਪਹਿਲਾਂ 10,000 ਰੁਪਏ ਦਾ ਇਲਜ਼ਾਮ, ਜਿਹੜਾ ਆਦਮੀ ਲੁਕਿੰਗ ਕੈਮਰਾਜ਼ 'ਤੇ ਆਣ ਕੇ ਕਹਿ ਰਹੇ ਨੇ ਜੀ ਕਿ ਸਾਡੇ ਲੱਖਾਂ ਰੁਪਏ ਵਾਪਸ ਕਰਾਇਆ, ਜੀ ਕੋਈ ਕਹਿੰਦਾ ਮੇਰਾ 20 ਲੱਖ ਕਰਾਇਆ, ਜੀ ਮੇਰਾ 15 ਲੱਖ ਰੁਪਇਆ ਕਰਾਇਆ, ਉਹ 10,000 ਰੁਪਇਆ ਰਿਸ਼ਵਤ ਲਊਗਾ। ਔਰ 10,000 ਅੱਜ ਦੇ ਯੁੱਗ ਵਿੱਚ ਇਟਸ ਲਾਈਕ, ਸੋਰੀ ਟੂ ਸੇ, ਮਤਲਬ ਬਹੁਤ ਛੋਟਾ ਜਿਹਾ ਅਮਾਊਂਟ ਆ। ਫਿਰ ਉਹਦੇ ਤੋਂ ਬਾਅਦ ਚੇਨ ਸਨੈਚਿੰਗ,
ਫਿਰ ਅਬੋਹਰ ਦੇ ਵਿੱਚ ਕੋਈ ਤੀਸਰਾ ਪਰਚਾ, ਮਤਲਬ ਅੱਜ ਦੀ ਡੇਟ ਵਿੱਚ ਐਨ ਸਾਫ਼ ਨਜ਼ਰ ਆਉਣ ਲੱਗ ਗਿਆ ਕਿ ਭਗਵੰਤ ਮਾਨ ਦਾ ਜਿਹੜਾ ਕ੍ਰਿਟਿਸਿਜ਼ਮ ਸਹਿਣ ਦਾ ਮਾਦਾ ਬਿਲਕੁਲ ਨਾ ਮਾਤਰ ਹੋ ਗਿਆ, ਔਰ ਪੁਲਿਸ ਦਾ ਦੁਰਉਪਯੋਗ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਹੋ ਰਿਹਾ। ਐਂਡ ਆਈ ਐਮ ਆਲਸੋ ਸੋਰੀ ਕਿ ਪੁਲਿਸ ਇਸ ਤਰ੍ਹਾਂ ਕਿਉਂ ਕਰ ਰਹੀ ਹੈ। ਪੁਲਿਸ ਇਜ਼ ਟੂ ਅਪਹੋਲਡ ਦ ਰੂਲ ਆਫ ਲਾਅ ਐਂਡ ਇੰਪਲੀਮੈਂਟ ਦ ਰੂਲ ਆਫ ਕੋਨਸਟੀਟਿਊਸ਼ਨ, ਇਟ ਇਜ਼ ਨੋਟ ਟੂ ਬੀ ਵਿਕਟਮਾਈਜ਼ਿੰਗ ਪੀਪਲ ਲਾਈਕ ਦਿਸ। ਸੋ ਅਸੀਂ ਉਹਨਾਂ ਦੇ ਕੱਟ 'ਚ ਚੱਲੇ ਹਾਂ, ਔਰ ਮੈਂ ਭਗਵੰਤ ਨੂੰ ਇਹੀ ਕਹੂੰਗਾ ਕਿ ਮੇਰਾ ਐਕਸ ਕੁਲੀਗ ਰਿਹਾ ਵਾ ਕਿ ਇਸ ਏਜੰਡੇ ਨੂੰ ਛੱਡ ਦੇ, ਇਸ ਨਫ਼ਰਤ ਦੇ ਏਜੰਡੇ ਵਿੱਚ ਕੱਖ ਨਹੀਂ ਰੱਖਿਆ, ਇਹਦੇ 'ਚ ਕੁਛ ਵੀ ਇਹਦੇ 'ਚ ਅਚੀਵਮੈਂਟ ਨਹੀਂ ਹੋਣੀ। ਸਾਡੇ ਜਿਹੜੇ ਬੇਸਿਕ ਇਸ਼ੂਜ਼ ਨੇ ਪੰਜਾਬ ਦੇ, ਜਿਹੜਾ ਸਾਡਾ ਆਬੋ ਹਵਾ ਖਰਾਬ ਹੋ ਰਹੀ ਆ, ਜਿਹੜੇ ਸਾਡੇ ਨਸ਼ੇ ਦੇ ਵਿੱਚ ਬਹੁਤ ਜ਼ਿਆਦਾ, ਸਾਡੇ ਬੱਚੇ ਵਿਦੇਸ਼ਾਂ ਵਿੱਚ ਜਾ ਰਹੇ ਨੇ, ਕਹਿ ਰਹੇ ਨੇ ਕਿ ਅਸੀਂ ਬਸ ਰੰਗਲਾ ਪੰਜਾਬ ਨਾਲ, ਕਹਿਣ ਨਾਲ ਰੰਗਲਾ ਪੰਜਾਬ ਨਹੀਂ ਬਣ ਸਕਦਾ। ਡਾਕਟਰ ਸਾਹਿਬ ਬੈਠੇ ਨੇ ਰਿਨਵਾ, ਅਸੀਂ ਡਿਸਕਸ ਕਰਦੇ ਸੀਗੇ ਕਿ ਮਤਲਬ ਇੱਕ ਹੈਗਾ ਪੰਜਾਬ ਜੋ ਧਰਤੀ ਦੀ ਤਸਵੀਰ ਆ, ਬੇਰੁਜ਼ਗਾਰੀ, ਨਸ਼ੇ, ਕਿਸਾਨਾਂ ਦੀ ਆਤਮ ਹੱਤਿਆਵਾਂ, ਕਤਲੋ ਗਾਰਤ, ਰੂਲ ਮਤਲਬ ਕੰਪਲੀਟ ਕੋਲੈਪਸ ਆਫ ਲਾਅ ਐਂਡ ਆਰਡਰ ਇਨ ਪੰਜਾਬ, ਔਰ ਅਨਸੇਫ ਫੀਲ ਕਰਦੇ। ਇੱਕ ਹੈਗੀ ਆ ਜ਼ਮੀਨੀ ਹਕੀਕਤ, ਇੱਕ ਹੈਗੀ ਜਿਹੜੀ ਸਰਕਾਰ ਪਬਲਿਸਿਟੀ ਰਾਹੀਂ, ਮੀਡੀਆ ਦੇ ਰਾਹੀਂ, ਹਰ ਬਿਜਲੀ ਦੇ ਖੰਭੇ ਦੇ ਉੱਤੇ ਆਪਣਾ ਤਸਵੀਰ ਲਾ ਕੇ ਉਹ ਛੋਟੇ ਛੋਟੀਆਂ ਗੱਲਾਂ ਨੂੰ ਕਲੇਮ ਕਰਨਾ ਚਾਹੁੰਦੇ। ਸੋ ਇਹ ਬਹੁਤ ਅੰਤਰ ਆ ਜੋ ਉੱਪਰ ਕਿਹਾ ਜਾ ਰਿਹਾ ਅਤੇ ਜੋ ਥੱਲੇ ਮਹਿਸੂਸ ਹੋ ਰਿਹਾ। ਔਰ ਆਮ ਆਦਮੀ ਪਾਰਟੀ, ਇੱਕ ਗੱਲ ਤਾਂ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਅਸੂਲਾਂ 'ਤੇ ਉਹ ਚੱਲ ਕੇ ਆਏ ਸੀਗੇ ਕਿ ਅਸੀਂ VIP ਕਲਚਰ ਖਤਮ ਕਰਾਂਗੇ, ਅਸੀਂ ਜਿਹੜਾ ਭ੍ਰਿਸ਼ਟਾਚਾਰ ਨੂੰ ਨੱਥ ਪਾਵਾਂਗੇ, ਅਸੀਂ ਜਿਹੜਾ ਹੈਗਾ ਵਾ ਇੱਕ ਸਾਦਗੀ ਦਾ ਔਰ ਇੱਕ ਇਸ ਇੱਦਾਂ ਦਾ ਰੂਲ ਦਿਆਂਗੇ ਜਿਹੜਾ ਪਹਿਲੀਆਂ ਪਾਰਟੀਆਂ ਨੇ ਜਿਹੜਾ ਉਸਨੂੰ ਗੰਦਲਾ ਕੀਤਾ ਉਸਨੂੰ ਸਾਫ਼ ਕਰਾਂਗੇ। ਅਨਫੋਰਚੁਨੇਟਲੀ ਆਪਣੇ ਹੀ ਅਸੂਲ ਤੋੜ ਦਿੱਤੇ। ਅੱਜ ਤੁਸੀਂ ਭਗਵੰਤ ਸਿੰਘ ਮਾਨ ਦੇ ਨਾਲ ਸਿਕਿਉਰਿਟੀ ਦੇਖਦੇ ਹੋ, ਅਨਪ੍ਰੈਸੀਡੈਂਟਿਡ ਸਿਕਿਉਰਿਟੀ ਆ, ਇੰਨੀ ਸਿਕਿਉਰਿਟੀ ਨਾ ਕੈਪਟਨ ਅਮਰਿੰਦਰ ਸਿੰਘ ਨੇ ਲਈ ਅਤੇ ਨਾ ਕੋਈ ਬਾਦਲ ਸਾਹਿਬ ਦੇ ਪਰਿਵਾਰ ਨੇ।